ਚੜਾਂ ਜਿਵੇਂ ਚੜਦਾ ਏ ਸੂਰਜ ਰਕਾਨੇ ਤਾਂ ਡਿੱਗਾਂ ਜਿਵੇਂ ਡਿੱਗੇ ਬਰਸਾਤ ਗੁਰੀਏ। ਕੀ ਹਾਲ ਚਾਲ ਸਾਰੇ ਵੀਰਾਂ ਦਾ, ਅੱਜ ਦਾ ਵਲੌਗ ਆਪਣਾ ਇਸ ਤਰ੍ਹਾਂ ਵਾ। ਆਪਾਂ ਆਏ ਹੁੰਦੇ ਹਾਂ ਪਿੰਡ ਦੇ ਗੁਰੂ ਘਰ ਸਾਹਿਬ ਸੇਵਾ। ਗੇਟ ਤੇ ਲੈਂਟਰ ਪੈਣਾ ਹੁੰਦਾ ਵਾ ਤੇ ਗੁਰਦੁਆਰੇ ਲੱਗੀ ਹੁੰਦੀ ਸੇਵਾ। ਤੇ ਹੁਣ ਚਾਹ ਦਾ ਬ੍ਰੇਕ ਆ, ਨਹੀਂ ਮਾਮਾ ਗਲਾਸ ਚਾਹ ਛਕੀ। ਫਤਿਹ ਮਾਮਾ, ਫਤਿਹ ਫਤਿਹ। ਕੰਮ ਪੂਰਾ ਜ਼ੋਰਾਂ ਨਾਲ ਚੱਲਦਾ ਪਿਆ ਵਾ। ਉਧਰ ਪ੍ਰਸ਼ਾਦਿਆਂ ਦੀ ਤਿਆਰੀ ਆ। ਦੋ ਮਿਸਤਰੀ ਸਾਹਿਬ ਖੜੇ ਆ। ਹੋਰ ਕੀ ਹਾਲ ਵੀਰ ਜੀ? ਸੋਨੂੰ ਵੀਰ ਦਾ ਭੇਜਿਆ ਵੀਰ। ਇੰਨਾ ਕੀ ਆ, ਥੋੜਾ ਹੀ ਰਹਿ ਗਿਆ, ਗੱਲ ਹੀ ਨਹੀਂ ਕੋਈ। ਜਵਾਕਾਂ ਨੂੰ ਖੇਡਦੇ ਵੀਡੀਓ ਬਣਾਉਣਾ ਆਪਣੇ ਪਿੰਡ ਦੇ ਗੁਰੂ ਘਰ ਸਾਹਿਬ। ਉਹ ਜਵਾਕ ਖੇਡਦੇ ਵੇ, ਨਜ਼ਾਰੇ ਲੈਂਦੇ ਵੇ। ਉੱਚੀ ਬੋਲੀ ਹੋਏ, ਆਵਾਜ਼ ਹੀ ਨਿਕਲਦੀ ਹੋਏ। ਉੱਚੀ ਬੋਲਿਆ ਕਰ ਥੋੜ੍ਹਾ ਜਿਹਾ, ਆਪਣੇ ਕਾਲਾ ਹੀ ਹੋਏ ਕੁੜੀ ਹੋਏ ਦਿਨੋਂ ਦਿਨ। ਦੇਣੀ ਉਵੇਂ ਦੇ ਆ ਗਏ, ਉਹਦੇ ਕਾਲਾ ਆ ਗਿਆ ਨਾ, ਉਹਦੇ ਢਿੱਡ ਦੇ ਕੜਾ ਖਾ ਬਾਬਿਆਂ ਦਾ। ਯਾਰ ਬਾਬਿਆਂ ਦਾ ਖਾਂਦੇ ਇਹਦੇ ਦੇਸੀ ਘਿਓ। ਵਾਹਵਾ ਨਾ ਬਣਦੀ ਜਾਂਦੀ ਡੋਸਰੀ ਆਪਣੇ ਪਿੰਡ ਦੀ ਨਾ। ਦੋ ਗੇਟ ਹੋ ਗਏ ਆ, ਇੱਕ ਟਾਵਰ ਹੋ ਗਿਆ ਵਾ, ਪਾਰਕ ਹੋ ਗਈ ਆ, ਦੋ ਗੇਟ ਦੋ ਮੇਨ ਗੇਟ ਆਹੋ ਹੀ ਆਪਣਾ। ਗੱਲਬਾਤ ਹੁੰਦੀ ਜਾਂਦੀ ਆ ਵੀ ਤੇ ਸਕਦਾ ਵੀ ਆ ਤੇ ਮੰਗੀ ਗੱਲ ਆ ਨਾ। ਚਾਹ ਵਧੀਆ ਬਣਾਉਂਦੇ ਆ ਨਾ। ਹੋਰ ਕਾ ਮਾਮਨੂੰ ਹੋਰ ਕੋਲ ਤੇ ਹੁਣ ਜਾ ਨਹੀਂ ਆਪਣੇ ਬੜੇ ਕੰਮ ਹੋ। ਸਹੀ ਗੱਲ, 40 ਫੇਰਾ ਲਾ ਦਿੰਦਾ ਨੂੰ ਚਾਵਲ ਨਹੀਂ ਬਾਈ ਟਾਈਮ ਨਹੀਂ ਨਾ ਚਾਹ ਗੁਰੂਆ ਕੋਈ ਇਹ ਲੈਂਟਰ ਪੈਣਾ ਸੀ ਓਏ ਆਪਣੇ ਪਲੇਟਾਂ ਨਹੀਂ ਲਾਉਂਦੇ ਉਹ ਬਣਾਈ ਨਾ ਚਾਹ ਨੇ। ਚੇਤਾ ਨਹੀਂ ਯਾਰ, ਇੰਨੀ ਤੇ ਚਾਹ ਪੀ ਗਏ ਗੁਰਦੁਆਰੇ ਦੀ ਤੁਹਾਨੂੰ ਪਤਾ ਹੋਣਾ, ਚੇਤਾ ਹੋਣਾ ਮਹਾਂ। ਉਧਰ ਪ੍ਰਸ਼ਾਦੇ ਲਾਦੇ ਪਏ। ਥੱਲੇ ਚਾਚਾ ਜੀ ਨਵੇਂ ਮਸਾਲਾ ਹੀ ਕਹਿੰਦੇ ਨਾ, ਨਵੇਂ ਮਸਾਲੇ ਦੀ ਤਿਆਰੀ ਕਰਦੇ ਪਏ ਆ। ਨਵਾਂ ਮਾਲ, ਨਵਾਂ ਮਾਲ ਤਿਆਰ ਕਰਦੇ ਪਏ ਕਹਿ ਲਓ। ਅਤੇ ਉਹ ਬਤਾਰ ਨਹੀਂ ਲੈ ਕੇ ਆਉਂਦੇ ਪਏ ਆ ਸੀਮੈਂਟ, ਅਤੇ ਉਹ ਸਾਡੇ ਪਿੰਡ ਦਾ ਸਾਰਾ ਓਲਡ ਇਜ਼ ਗੋਲਡ ਰੇਤਾ ਨੂੰ ਡੀਕਦੇ ਪਏ ਆ, ਅਤੇ ਰੇਤਾ ਦੀ ਗੱਡੀ ਉੱਥੋਂ ਮੇਰੇ ਖਿਆਲ ਨਾਲ ਰਵਾਨਾ ਨਹੀਂ ਹੋਈ। ਹੁਣ ਰਾਣਾ ਲੈ ਕੇ ਆਊਗਾ ਰੇਤ ਵਾਲੀ ਗੱਡੀ। ਹੈਲੋ ਲੈ ਯਾਰ, ਤੂੰ ਤੈਨੂੰ ਦੇ ਦਿੰਦੇ ਹਾਂ ਦੂਜੀ ਫੁਟੇ ਫੁਟੇ। ਬੱਚਾ ਵਾਲੀ ਖੇਡਦੇ ਪਈ ਆ, ਜਵਾਕ ਖੇਡਦੇ ਪਿਆ ਪੂਰਾ। ਯਾਰ ਅੰਗੂਠਾ ਮੈਨੂੰ ਲੱਗਦਾ ਥੋੜ੍ਹਾ ਜਿਹਾ ਨਾ ਅੰਗੂਠਾ ਲਿਬੜ ਗਿਆ ਜੀ। ਲੋ ਵੀ ਉਹ ਤੋਂ ਪਹਿਲਾਂ ਮਾਲ ਆਪਣਾ ਖਤਮ ਹੋ ਗਿਆ ਹੁੰਦਾ ਤੇ ਨਵਾਂ ਮਾਲ ਆਪਾਂ ਬਣਾਉਣ ਦੇ ਹੁੰਦੇ ਹਾਂ। ਪੌੜੀ ਗੰਦੀ ਹੈ ਜੀ ਗੁਰੂਆ।
ਤੇਰੀਆਂ ਲੱਤਾਂ ਕੰਬਦੀਆਂ ਪਈਆਂ। ਲਓ ਜੀ ਸਾਰੀ ਸੰਗਤ ਦੇ ਸੰਯੋਗ ਨਾਲ ਲੈਂਟਰ ਆਪਾਂ ਵਾਹ ਕੇ ਤਿਆ ਗਏ ਅਤੇ ਹੁਣ ਹੋ ਗਏ ਆਪਾਂ ਵਿਹਲੇ। ਰਾਣੀ ਵੀਰ ਨਾਲ ਖਿੱਚ ਕੇ ਤਿਆ ਕੰਮ ਵਧੀਆ ਕੰਮ ਵੀਰੇ ਖੇਡਦਾ ਕੰਮ ਉਹ ਕਿਤੇ ਉਹਨੂੰ ਪੁੱਛਿਆ ਕਿਤੇ ਕਹਿੰਦਾ ਕੱਲ੍ਹ ਕਹਿੰਦਾ ਮੈਂ ਰਕੜਾ ਲੱਗਾ ਲਾਉਣ ਲਾਇਆ ਨਹੀਂ ਉਹਨੇ ਲਾਇਆ ਸੀ ਉਹ ਸੱਚੀ ਬੂਟੀ ਲੈਣ ਆਇਆ ਯੁਵਰਾਜ ਹੌਲੀ ਹੌਲੀ ਖੇਡ ਕੇ ਬਾਅਦ 'ਚ ਉਹਨੇ ਆਪਦੀ ਐਨਰਜੀ ਡਰਿੰਕ ਬਣਾਈ ਸੀ ਅਸੀਂ ਪਰ ਸ਼ਰਦਾਈ ਪੀਤੀ ਸਾਡੇ ਤਾਂ ਕਹਿੰਦੇ ਬਜਰੀ ਦੀ ਟਰਾਲੀ ਲੱਦ ਕੇ ਲਿਆਉਣੀ ਆ ਚੱਲੀਏ ਫਿਰ ਮਾਰੋ ਵਾਹਿਦੇ ਲੋ ਵੀ ਜੱਟੂ ਹੁਣ ਆਪਾਂ ਬਜਰੀ ਲਿਆਉਣ ਕੇ ਅਤੇ ਗੁਰੂ ਘਰੋਂ ਕਰਕੇ ਸੇਵਾ ਦੇ ਆਏ ਆ ਜਾਂਦੇ ਹਾਂ ਘਰੇ ਕਿਉਂਕਿ ਘਰੇ ਵੀ ਪੱਠਿਆਂ ਦਾ ਟਾਈਮ ਹੋਇਆ ਹੁੰਦਾ ਵਾ ਅਤੇ ਮੈਨੂੰ ਲੱਗਦਾ ਪੱਠੇ ਅੱਜ ਵੱਢਣੀ ਵਾਲੇ ਹਾਲੇ ਵੱਢਣੇ ਪੈਣੇ ਆ ਅਤੇ ਚਲੋ ਮਿਲਦੇ ਹਾਂ ਆਪਾਂ ਤੁਹਾਨੂੰ ਫਿਰ ਜੇ ਕੋਈ ਆਪਣਾ ਬਣਿਆ ਪ੍ਰੋਗਰਾਮ ਲਿਖਿਆ ਸਾਰੇ ਲੋ ਵੀ ਜੱਟੂ ਫਿਰ ਆਏ ਹੁੰਦੇ ਆਪਾਂ ਸ਼ਾਮਾਂ ਨੂੰ ਮੈਚ ਖੇਡਣਾ ਅਤੇ ਬੋਲਿੰਗ ਆਪਾਂ ਕਰ ਲਈ ਆ ਅਤੇ 104 ਦਾ ਟਾਰਗੇਟ ਆ ਅਤੇ ਪਲੇਅਰ ਆਪਣੇ ਟਿਕੇ ਹੋਏ ਆ 60-70 ਮਾਰਤੇ ਆ 70 ਗਿਆ ਆਪਾਂ ਅਤੇ 40 ਕੀ ਰਹਿ ਗਏ ਆ ਪਿੱਛੇ ਬਿੱਟਾਂ ਸਾਡੀਆਂ 3 ਕੁ ਡਿੱਗ ਪਈਆਂ ਵੀਰ ਨੇ ਚੇਤਾ ਕਰਾ ਤਾਂ ਮੈਨੂੰ ਤਾਂ ਭੁੱਲਿਆ ਸੀ ਆਪਾਂ ਇੱਥੇ ਵੈਸੇ ਨਾ ਵਿਨਰ ਟੀਮ ਫਿਰ ਜਦੋਂ ਦੂਜਾ ਮੈਚ ਲੱਗਾ ਹੁੰਦਾ ਆਪਣੀ ਬੋਲ ਗਵਾ ਜਾਂਦੀ ਆ ਹਮੇਸ਼ਾ ਹੀ ਤਰ੍ਹਾਂ ਆਪਾਂ ਨੂੰ ਲੱਭਣ ਦਾ ਸੌਭਾਗਯ ਪ੍ਰਾਪਤ ਹੁੰਦਾ ਵਾ ਵੀ ਐਕਸਪਰਟ ਰਹੇ ਆਪਾਂ ਇਹਦੇ ਚੀਜ਼ ਦੇ ਵਿੱਚ ਚਲੋ ਮਿਲਦੇ ਹਾਂ ਆਪਾਂ ਤੁਹਾਨੂੰ ਫਿਰ